ਰਾਜੀਵ ਯਾਦਵ, ਸ਼੍ਰੀ ਸ਼ੀਤਲ ਵਿੱਜ ਅਤੇ ਦੈਨਿਕ ਸਵੇਰਾ ਪੂਰੇ ਸਮੂਹ ਗਰੁੱਪ ਨੂੰ ਵਧਾਈ ਦਿੰਦਾ ਹਾਂ ਅਤੇ ਪਰਮ ਪਿਤਾ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਹ ਜਿਵੇਂ ਅਖਬਾਰ ਦੇ ਵਿੱਚ ਨਿਰਪੱਖ ਸੋਚ ਨੂੰ ਲੈ ਕੇ ਆਪਣੀਆਂ ਖਬਰਾਂ ਲਿਖਦੇ ਹਨ, ਇਵੇਂ ਲਿਖਦੇ ਰਹਿਣ ਔਰ ਲੋਕਾਂ ਦੀ ਆਵਾਜ਼ ਨੂੰ ਉੱਪਰ ਤੱਕ ਲੈ ਕੇ ਜਾਣ। ਅਖਬਾਰ ਖਬਰ ਵਧੀਆ ਖਬਰਾਂ ਛਾਪਦੇ ਰਹਿਣ ਅਤੇ ਇਹਨਾਂ ਦਾ ਸਟਾਫ ਮਿਹਨਤ ਕਰਦਾ ਰਹੇ, ਇਹਨਾਂ ਨੂੰ ਇੱਦਾਂ ਹੀ ਤਰੱਕੀ ਮਿਲਦੀ ਰਹੇ, ਇਹਨਾਂ ਦੇ ਸਟਾਫ ਮੈਂਬਰ ਅਤੇ ਮਾਲਕ ਨੂੰ ਬਹੁਤ ਬਹੁਤ ਵਧਾਈ ਹੋਵੇ। ਮੇਰੇ ਆ ਸ਼ੁਭਕਾਮਨਾਵਾਂ ਇਹਨਾਂ ਦੇ ਨਾਲ ਹੈ ਜੀ। ਮੈਂ ਸ਼ੀਤਲ ਵਿੱਜ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਤਾਂ ਕਿ ਇਹ ਅਖਬਾਰ ਫੁਲੇ ਫਲੇ ਔਰ ਚਲੇ। ਸਟਾਫ ਕੋ ਵੀ ਪੂਰੀ ਵਧਾਈ ਦੇਤਾ ਹੂੰ, ਐਸਾ ਕੰਮ ਕਰੇ ਤਾਂ ਕਿ ਇਹ ਸਭ ਦੁਨੀਆ ਸੇ ਸਭਸੇ ਅੱਛੀ ਅਖਬਾਰ ਹੋ। ਬਹੁਤ ਵਧੀਆ ਅਖਬਾਰ ਆ, ਅਸੀਂ ਪੜ੍ਹਦੇ ਹਾਂ ਇਹਨਾਂ ਨੂੰ, ਇੱਦਾਂ ਹੀ ਚੜ੍ਹਦੀ ਕਲਾ ਦੇ ਵਿੱਚ ਇਹ ਅਖਬਾਰ ਰਵੇ। ਬਹੁਤ ਅੱਛਾ ਕੰਮ ਹੈ ਲੋਕੋ ਕਾ, ਹਰ ਜਗ੍ਹਾ ਪੇ ਸਪੋਰਟ ਕਰਦੇ ਪਬਲਿਕ ਕੋ, ਇਸ ਲਈ ਇਨਕੇ ਹਮ ਲੋਗ ਦਿਲ ਸੇ ਸ਼ੁਕਰ ਗੁਜ਼ਾਰ ਹੈ। ਮੈਂ ਅਮਿਤ ਕੁਮਾਰ ਦੈਨਿਕ ਸਵੇਰ ਦੇ ਲੱਖ ਲੱਖ ਵਧਾਈ ਦਿੰਦਾ ਇਹਨਾਂ ਦੇ ਗਰੁੱਪ ਨੂੰ, ਇਹਨਾਂ ਦੇ ਮਾਲਕ ਨੂੰ, ਇਹ ਇੱਦਾਂ ਹੀ ਤਰੱਕੀਆਂ ਕਰਨ। ਮੈਂ ਧੀਰਜ ਪਾਠਕ ਦੈਨਿਕ ਸਵੇਰ ਅਖਬਾਰ ਨੂੰ ਲੱਖ ਲੱਖ ਵਧਾਈ ਦਿੰਦਾ, ਬਹੁਤ ਬਹੁਤ ਸਾਰੇ ਸਟਾਫ ਨੂੰ ਵਧਾਈ। ਇਹ ਦਿਨ ਦੁੱਗਣੀ ਅਤੇ ਰਾਤ ਚੁੱਗਣੀ ਤਰੱਕੀ ਕਰੇ। ਇਹ ਅਖਬਾਰ ਅੰਧੇਰੇ ਤੋਂ ਉਜਾਲੇ ਦੀ ਔਰ ਵਾਕਈ ਉਜਾਲੇ ਦੀ ਤਰਫ ਜਾ ਰਹੀ। ਜਿਸ ਤਰ੍ਹਾਂ ਦੈਨਿਕ ਸਵੇਰਾ ਨੇ ਸਾਰੇ ਸਮਾਜ ਦੇ ਮਸਲੇ ਔਰ ਲੋਕਾਂ ਦੀਆਂ ਤਕਲੀਫਾਂ ਮਸਲੇ ਜਿਹੜੇ ਲਿਆਉਂਦੇ ਨੇ ਔਰ ਲੋਕ ਆਪਣੇ ਹੱਲ ਕਰਾਏ ਨੇ ਔਰ ਲੋਕਾਂ ਨੂੰ ਅਵੇਅਰਨੈਸ ਲਿਆਉਂਦੀ ਹੈ, ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਸਾਰੇ ਹੀ ਪੰਜਾਬ ਵਾਸੀਆਂ ਨੂੰ ਅਤੇ ਪ੍ਰਦੇਸ਼ੀ ਜਿਹੜੇ ਸਾਡੇ ਪੰਜਾਬ ਦੇ ਲੋਕ ਬਾਹਰ ਬੈਠੇ ਨੇ ਉਹਨਾਂ ਨੂੰ ਵੀ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਦੈਨਿਕ ਸਵੇਰਾ ਇੱਕ ਬਹੁਤ ਅੱਛਾ ਆਪਣਾ ਰੋਲ ਅਦਾ ਕਰ ਰਿਹਾ ਹੈ ਮੀਡੀਆ ਦੇ। ਮੈਂ ਜਗਮੋਹਨ ਸਿੰਘ ਸੈਣੀ, ਐਡਵੋਕੇਟ, ਸਾਬਕਾ ਅਡੀਸ਼ਨਲ ਐਡਵੋਕੇਟ ਜਨਰਲ ਪੰਜਾਬ, ਦੈਨਿਕ ਸਵੇਰਾ ਅਖਬਾਰ ਔਰ ਟੀ ਵੀ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਖਬਰਾਂ ਸਿਆਸੀ ਤੌਰ 'ਤੇ, ਸਮਾਜਿਕ ਤੌਰ 'ਤੇ ਔਰ ਕ੍ਰਾਈਮ ਦੇ ਉੱਤੇ ਬੜੀ ਅਪ ਟੂ ਡੇਟ ਖਬਰਾਂ ਦੇ ਕੇ ਕਾਫੀ ਪੰਜਾਬੀਆਂ ਨੂੰ ਨਿਵਾਜਿਆ ਔਰ ਖਾਸ ਕਰਕੇ ਹਿੰਦੁਸਤਾਨ ਦੇ ਵਿੱਚ ਕਾਫੀ ਪਾਪੂਲਰ ਹੋਏ ਨੇ ਔਰ ਮੈਂ ਤਾਂ ਇਹਦਾ ਫੈਨ ਹਾਂ ਕਿਉਂਕਿ ਮੈਂ ਬਹੁਤ ਦੇਖਦਾ ਰਹਿੰਦਾ ਹੈ ਔਰ ਜਿਹੜੇ ਸ਼ੀਤਲ ਜੀ ਨੇ, ਵਿਰ ਜੀ, ਇਹਨਾਂ ਦੇ ਜਿਹੜੇ ਮਾਲਕ ਨੇ, ਉਹ ਵੀ ਬਹੁਤ ਮਿਹਨਤ ਨਾਲ ਇਸ ਟੀ ਵੀ 'ਤੇ ਅਖਬਾਰ ਨੂੰ ਕਾਫੀ ਕੰਮ ਹੈ ਇਹਦੇ ਨਾਲ ਚਲਾ ਰਹੇ ਨੇ। ਹਾਂਜੀ, ਦੈਨਿਕ ਸਵੇਰਾ ਅਖਬਾਰ ਅਤੇ ਜਿਹੜਾ ਇਹਨਾਂ ਦਾ ਟੀ ਵੀ ਪ੍ਰੋਗਰਾਮ ਹੈਗਾ ਉਹ ਮੈਂ ਅਕਸਰ ਦੇਖਦਾ ਰਹਿੰਦਾ। ਸ਼ੀਤਲ ਵਿੱਜ ਜੀ ਨੂੰ ਮੈਂ ਪਰਸਨਲ ਜਾਣਦਾ, ਉਹ ਇਸ ਕਰਕੇ ਕਿ ਮੈਂ ਇਸ ਅਖਬਾਰ ਨੂੰ ਬਹੁਤ ਲਾਈਕ ਕਰਦਾ, ਇਹਦੇ ਆਰਟੀਕਲ ਵੀ ਪੜ੍ਹਦਾ ਮੈਂ ਔਰ ਇਹਦੇ ਨਿਊਜ਼ ਉਹਨੂੰ ਵੀ ਮੈਂ ਸਰਾਉਂਗਾ ਔਰ ਇਹਦੀ ਪ੍ਰਿੰਟਿੰਗ ਜਿਹੜੀ ਹੈ ਉਸ ਵਾਸਤੇ ਵੀ ਮੈਂ ਇਹ ਕਹੂੰਗਾ ਕਿ ਹਰ ਤਰ੍ਹਾਂ ਨਾਲ ਪੂਰਨ ਤੌਰ 'ਤੇ ਇਹ ਅਖਬਾਰ ਜਿਹੜਾ ਹੈ ਲੋਕਾਂ ਦੇ ਵਿੱਚ ਬਹੁਤ ਮਸ਼ਹੂਰ ਹੋ ਗਿਆ ਔਰ ਮੇਰਾ ਖਿਆਲ ਹੈ ਵੀ ਇਹਦੀ ਪਟਿਆਲੇ ਜ਼ਿਲ੍ਹੇ ਦੇ ਵਿੱਚ ਬਹੁਤ ਸਰਕੂਲੇਸ਼ਨ ਹੈ ਔਰ ਜਲੰਧਰ, ਲੁਧਿਆਣਾ, ਮੇਰਾ ਖਿਆਲ ਹੈ ਬਾਕੀ ਅਖਬਾਰਾਂ ਨੂੰ ਇਹ ਬੀਟ ਕਰਦਾ ਹੈ ਸਰਕੂਲੇਸ਼ਨ ਦੇ ਵਿੱਚ ਔਰ ਮੈਂ ਸ਼ੀਤਲ ਵਿੱਜ ਜੀ ਨੂੰ ਦੁਬਾਰਾ ਵਧਾਈਆਂ ਦੇਣਾ ਚਾਹੂੰਗਾ ਕਿ ਇਸ ਅਖਬਾਰ ਨੂੰ ਜਿਸ ਤਰ੍ਹਾਂ ਉਹਨਾਂ ਨੇ ਚਲਾਇਆ, ਜੋ ਮਿਹਨਤ ਕੀਤੀ ਹੈ ਉਹ ਵਾਕਿਆ ਹੀ ਸ਼ਲਾਘਾਯੋਗ ਹੈ। देखिए, दैनिक सवेरा न्यूज़पेपर की अगर हम बात करें तो उसमें जितनी भी खबरें लगाई जाती है वो छोटी से छोटी न्यूज़ हम उसमें पढ़ सकते हैं, कुछ इस तरह का हमें नहीं लगता, कुछ फेक उसमें चीज़ें चलाई जाती है। अच्छा न्यूज़पेपर है और चैनल की आपने बात की, अच्छा है, उसमें भी अच्छी कवरेज हो रही है। लेकिन अगर उसमें हिमाचल का अगर एडिशन आप शुरू करेंगे, क्योंकि अदर जिस तरह से हम न्यूज़ चैनल देखते हैं तो वहाँ पर हिमाचल से जुड़ी हुई जितनी भी खबरें वो दिखाते हैं, तो इस तरह का अगर आप उसमें शुरू करेंगे हिमाचल एडिशन तो वो और ज़्यादा बेटर हो सकता है। आपके न्यूज़पेपर की जो खबरें हैं मैं लगातार पढ़ता रहता हूँ, अक्सर डेली पढ़ता हूँ और बहुत ही अच्छी खबरें आती हैं आपकी और क्योंकि जेन्युइन आती हैं, मतलब उसमें कोई वेग नहीं होती कि जी सुनी सुनाई कर दी, बिल्कुल टू द पॉइंट आप खबरें देते हैं और बहुत ही अच्छा खबरें देते हैं, मैं इसके लिए आपको बधाई देता हूँ। मैं सारे दर्शकों को बहुत बधाई देता हूँ दैनिक सवेरा की एनिवर्सरी पे। दैनिक सवेरा बहुत ही अच्छा काम कर रहा है क्योंकि वो जो न्यूज़ जो देता है वो बहुत अनबायस्ड न्यूज़ देता है और एक्चुअल जो रियलिटी है दे पुट दैट इन द न्यूज़ पेपर्स एंड यू नो आई रियली लाइक इट एंड आई रीड इट माई सेल्फ। तो मैं यही चाहूँगा कि और लोग जुड़ें दैनिक सवेरा से।
ताकि वी गेट मोर बेटर न्यूज फॉर द सोसाइटी. एंड गिरनार ग्लोबल इज वेरी थैंकफुल. गिरनार ग्लोबल काफी दैनिक सवेरा के साथ वी हैव बीन वर्किंग टुगेदर मुहिम चलाने में अलग अलग टाइप की सिटी अवेयरनेस में. तो हम ये कंटिन्यू रखेंगे एजुकेशन में, ट्रैफिक में, अलग अलग पुलिसिंग में. तो गिरनार ग्लोबल इंटरनेशनल एजुकेशन कंसल्टेंट है. हम चाहते हैं कि जितना हम एजुकेट करें और हम अपनी सोसाइटी को दे सकें उतना बढ़िया हो पाएगा. मैं डॉक्टर वी के बिंद्रा, आस्था स्किन एंड लेजर सेंटर, मॉल प्लाजा बिल्डिंग, माउंटेन चौक, लुधियाना से दैनिक सवेरा की वर्षगांठ के ऊपर उनको हार्दिक बधाई देता हूँ और आशा करता हूँ कि दैनिक सवेरा न्यूज़पेपर पंजाब की जनता के लिए, उनके लिए सही न्यूज़ और इफ़ेक्टिव न्यूज़ जो वो लोगों के लिए अवेयरनेस का काम कर रहे हैं. मैं शीतल विज जी और उनकी टीम को बहुत बहुत बधाई देता हूँ. दैनिक सवेरा को वर्षगांठ की शुभकामनाएं देता हूँ, जो कि उन्होंने दिन दुगनी रात चौगनी के का आगे निकल रहे हैं. बहुत तरक्की की है दैनिक सवेरा ने, काफ़ी अच्छा अखबार आता है. ये शीतल विज की और उनके सारा जो भी आगे उनके कंपेनियन जो भी है सारे मेहनत करते हैं, बड़े अच्छे लोग हैं सभी. हम भी सुबह दैनिक सवेरा पढ़ते हैं, घर पे आते हैं, मेरे भी दुकान पे भी आता है, बड़ा अच्छा पेपर है. मैं मनीत लांबा, लेडी पैराडाइज दी वालों दैनिक सवेरा नू बहुत बहुत शुभकामनाएं दिंदा वा. उन्हां दी एनिवर्सरी ते शीतल विज जी नू बहुत बहुत मुबारक दिंदा वा कि बहुत ही घट समय ते उन्होंने एड्डी वड्डे लुधियाना पंजाब दे सारे शहरां नू कवर किया, स्पैशल लुधियाना दी खबरां च कि ये नो पेड खबरां लांदे ने ते बहुत वधिया तरीके नाल खबरां नू पेश करदे ने. मैं हिंद प्लाजा लुधियाना फाउंटेन चौंक से दैनिक सवेरा को बहुत बहुत बधाई देता हूँ उनके एनिवर्सरी पे. आज हमें खुशी है कि दैनिक सवेरा ने, इनकी टीम ने मिलकर अपने आप को इस मुकाम पे पहुंचाया है कि आज घर घर में दैनिक सवेरा एक बहुत ही महत्व से पढ़ा जाता है. दैनिक सवेरा जो आज छठी वर्षगांठ मना रहा है, खासकर शीतल बीज जी को बहुत बहुत मुबारक देता हूँ कि उन्होंने जो पंजाब में न्यूज़पेपर दिया है उसकी हर धार्मिक क्षेत्र में, हर व्यापारिक क्षेत्र में बहुत बहुत सराहना की जाती. मेरा ख्याल है भी लुधियाना में कोई भी घर ऐसा नहीं है जो इस न्यूज़पेपर को नहीं पढ़ता. मैं क्विंसी बिंद्रा, मैनेजर ऑफ स्किन साइंस कंपनी, दैनिक सवेरा की वर्षगांठ पर आप सबको बधाई देती हूँ. दैनिक सवेरा सबके दिलों में बहुत राज कर रहा है. मैं चाहती हूँ कि दैनिक सवेरा दिन दुगनी रात चुगनी तरक्की करे. हाय ऑल, मैं सुप्रिया जैन हूँ रोज क्रिएशन से एंड आई वांट टू विश दैनिक सवेरा अ वेरी हैप्पी एनिवर्सरी. उन्होंने बहुत ही कम समय में बहुत अच्छी हाइट्स अचीव करी हैं एंड दे कम अप विद बेस्ट ऑफ न्यूज़ पॉसिबल. दे हैव ऑल द लेटेस्ट न्यूज़ एंड दे आर डूइंग वेरी वेल एंड आई विश देम ऑल द बेस्ट इन फ्यूचर. आज दैनिक सवेरा अखबार के 6 साल पूरे होने पे बहुत बहुत बधाई देंगे. इस दे नाल इन्हां दे संपादक विज शीतल विज जी नूं भी बहुत बहुत बधाइयां होण कि इस अखबार ने 6 सालों में लोगों को बहुत ही सच्चाई तो जागरूक कराया और वधिया और अच्छी खबरों के नाल इन्होंने उन्होंने लोगों तक पहुँचाया. और उम्मीद करते हैं आंदे आने वाले सालों के भी लोगों को सच्चाई तो जागरूक कराते रहेंगे और अच्छी खबरें लोगों तक पहुँचाते रहेंगे. धन्यवाद. मैं अपने होटल किशोर इंटरनेशनल जो कि बटाला रोड उत्ते स्थित वो थले साडा स्पाइसिस रेस्टोरेंट जो कि दैनिक सवेरा टाइम्स के 6 साल कंप्लीट होते दैनिक सवेरा टाइम्स के संपादक श्री शीतल वेद जी उन्हों की पूरी टीम को लख लख बधाई देने जी. असी परमात्मा अगे अरदास करते हैं जी दैनिक सवेरा जिमें पहला निरपक्ष ते सच्चियां खबरां दे के लोगों के दिलों से राज करता है आने वाले समय के होर भी तरक्या करे. एक बार फिर तो दैनिक सवेरा टाइम्स के 6 वरे कंप्लीट होने पर सारी टीम को बहुत बहुत मुबारक जी. वाहेगुरु जी का खालसा वाहेगुरु जी की फतेह. मैं कुलजीत सिंह चावला, जनरल सकत्तर गुरुद्वारा आसापुरन दयाल नगर, अरे अपने गुरुद्वारा साहब वालों, अपनी गुरुद्वारा प्रबंधक कमेटी वालों दैनिक सवेरा परिवार को उन्हां दी 6वीं वर्षगंढ के उत्ते सारे परिवार को सवेरा परिवार को लख लख बधाइयां दिंदा हाँ और मनोकामना पूरी कर अरदास के बेनती करता हाँ कि ਇਹ ਜੋ ਸਵੇਰਾ ਪਰਿਵਾਰ ਹੈ ਦਿਨ ਦੁੱਗਣੀ ਰਾਤ ਚੁਗਣੀ ਉੱਨਤੀ ਕਰੇ ਔਰ ਤਰੱਕੀਆਂ ਬਖਸ਼ੇ ਪਰਮਾਤਮਾ ਇਹਨਾਂ ਨੂੰ ਔਰ ਗੁਰੂ ਮਹਾਰਾਜ ਇਸੇ ਤਰ੍ਹਾਂ ਇਹਨਾਂ ਕੋਲ ਸੇਵਾਵਾਂ ਲੈਂਦੇ ਰਹਿਣ ਔਰ ਇਸੇ ਤਰ੍ਹਾਂ ਇਹ ਗੁਰੂ ਘਰ ਦੀਆਂ ਔਰ ਹੋਰ ਜੋ ਸੇਵਾਵਾਂ ਸਾਰੀਆਂ ਧਾਰਮਿਕ ਤੌਰ 'ਤੇ ਰਾਜਨੀਤਿਕ ਤੌਰ 'ਤੇ ਹਰੇਕ ਤਰੀਕੇ ਨਾਲ ਜੋ ਸਾਫ਼ ਸੁਥਰੇ ਅਕਸ਼ ਦੇ ਨਾਲ ਖਬਰਾਂ ਪੇਸ਼ ਕਰਦੇ ਹਨ
गुरु महाराज इन्हां नूं चढ़दियां कलां 'च रखे और मेहर भरे हाथ रखे और इन्हां नूं दिन दुगनी रात चौगनी तरक्की बख्शे। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਅਮਨ ਸੱਗੂ ਗੁਰਫਤਿਹ ਟਰਾਂਸਪੋਰਟ ਦੁਬਈ ਤੋਂ। ਮੈਂ ਅਤੇ ਮੇਰੇ ਸਾਰੇ ਪਰਿਵਾਰ ਵੱਲੋਂ ਦੈਨਿਕ ਸਵੇਰਾ ਪਰਿਵਾਰ ਨੂੰ ਲੱਖ ਲੱਖ ਵਧਾਈ ਦਿੰਦਾ ਉਹਨਾਂ 6ਵੀਂ ਸਾਲਗਿਰਾ ਦੀ। ਮੈਂ ਅਤੇ ਮੇਰਾ ਸਾਰਾ ਪਰਿਵਾਰ, ਸਾਰੇ ਸਾਥੀ ਹਰ ਰੋਜ਼ ਅਪਡੇਟ ਦੇਖਦੇ ਯੂਟਿਊਬ 'ਤੇ ਉਹਨਾਂ ਦੀ, ਜਿੰਨੀ ਨਿਊਜ਼ ਪੰਜਾਬ ਤੋਂ ਆਉਂਦੀ ਆ ਹਰ ਰੋਜ਼ ਪੰਜਾਬ ਦੀ ਸਾਰੀ ਖਬਰਾਂ ਯੂਟਿਊਬ 'ਤੇ ਚੈੱਕ ਕਰਦੇ ਹਾਂ ਉਹਨਾਂ ਲਈ। ਮੈਂ ਅਤੇ ਮੇਰੀ ਪੂਰੀ ਫੈਮਿਲੀ ਪਰਿਵਾਰ ਦੁਬਈ ਵਾਲੇ ਸਾਰੇ ਸਾਥੀਆਂ ਵੱਲੋਂ ਦੈਨਿਕ ਸਵੇਰਾ ਨੂੰ ਲੱਖ ਲੱਖ ਵਧਾਈ 6ਵੀਂ ਸਾਲਗਿਰਾ ਲਈ। ਸਤਿ ਸ਼੍ਰੀ ਅਕਾਲ, ਮੈਂ ਸੁਖਜਿੰਦਰ ਸਿੰਘ ਬਾਵਾ, ਸਿਟੀ ਮੋਟਰਸ ਜਲੰਧਰ ਤੋਂ ਬੋਲ ਰਿਹਾ ਹਾਂ। ਮੈਂ ਅੱਜ ਦੇ ਦਿਨ ਦੈਨਿਕ ਸਵੇਰਾ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦਾ ਹਾਂ, ਕਿਉਂਕਿ ਇਹਨਾਂ ਦੇ 6 ਸਾਲ ਸਾਲਗਿਰਾ ਦੀ ਬਹੁਤ ਵਧੀਆ ਲੰਘੀ ਨੇ ਅਤੇ ਗੁਰੂ ਮਹਾਰਾਜ ਇਹਨਾਂ ਦੇ ਅੱਗੇ ਵੀ ਇਹਨਾਂ ਨੂੰ ਵਾਧੇ ਇੱਦਾਂ ਹੀ ਦੇਵੇ ਅਤੇ ਮੇਰੇ ਕਾਰਵਿਆਰ ਭਰਾਵਾਂ ਵੱਲੋਂ ਵੀ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ। ਸਤਿ ਸ਼੍ਰੀ ਅਕਾਲ ਸਾਰੇ ਮੇਰੇ ਵੀਰਾਂ ਨੂੰ। ਮੈਂ ਅੰਮ੍ਰਿਤਸਰ ਰਸੋਈ ਵੱਲੋਂ ਸਰਦਾਰ ਰਣਵੀਰ ਸਿੰਘ, ਆਪਣਾ ਦੈਨਿਕ ਸਵੇਰਾ ਦੇ ਸਾਰੇ ਪਰਿਵਾਰ ਨੂੰ 6 ਸਾਲ ਵਰਸ਼ਗਾਂਢ ਪੂਰੇ ਹੋਣ 'ਤੇ ਬਹੁਤ ਬਹੁਤ ਵਧਾਈ ਦਿੰਦਾ ਹਾਂ। ਇਹ ਦਿਨ ਰਾਤ ਤਰੱਕੀ ਕਰੇ ਅਤੇ ਅੱਗੋਂ ਹੋਰ ਵੀ ਵਾਧਿਆਂ 'ਚ ਰਹੇ। ਮੇਰੇ ਵੱਲੋਂ ਧੰਨਵਾਦ, ਸਤਿ ਸ਼੍ਰੀ ਅਕਾਲ।